ਮੇਰਾ ਨਾਮ ਅਮਰਜੀਤ ਸਿੰਘ ਹੈ ਅਤੇ ਇਲਾਕਾ ਟਪਈ ਆਬਾਦੀ ਭੂਤਨਪੁਰਾ, ਸਾਹਮਣੇ ਆਪਣੀ ਦੁਕਾਨ ਦੇ ਗੁਰਦੁਆਰਾ। ਕਿੰਨੇ ਦੇਰ ਤੋਂ ਗੁੱਡੀ ਬਣਾ ਰਹੇ ਹੋ? ਮਨੀ ਬਚਪਨ ਤੋਂ ਹੀ ਬਣਾ ਰਿਹਾ ਜੀ। ਗੁੱਡੀ ਦਾ ਤੇ ਕੋਈ ਫਰਕ ਨਹੀਂ ਪਿਆ, ਬਟ ਜਿਹੜੀ ਚਾਈਨਾ ਡੋਰ ਆਈ ਨਾ, ਲੋਕੀ ਗੁੱਡੀ ਵਧਾਉਣਾ ਛੱਡ ਗਏ ਨੇ, ਜਿਹੜੇ ਗੁੱਡੀ ਦੇ ਜ਼ਿਆਦਾ ਸ਼ੌਕੀਨ ਸੀ। ਕਿਹੜੀ ਗੁੱਡੀ ਜ਼ਿਆਦਾ ਟ੍ਰੈਂਡ ਹੈਗਾ ਜਿਹੜੀ ਵਿਕਦੀ? ਇਸ ਵਕਤ ਪਾਕਿਸਤਾਨੀ ਗੁੱਡੀ ਦਾ ਜ਼ਿਆਦਾ ਟ੍ਰੈਂਡ ਹੈ। ਤੁਸੀਂ ਕਿਹੜੀ ਕਿਹੜੀ ਗੁੱਡੀ ਬਣਾਉਂਦੇ? ਸਾਰੀ ਆਲਮੋਸਟ ਸਾਰੀ ਪਤੰਗ ਤਿਆਰ ਕਰੀ ਦੀ ਹੈ। ਸਾਰੇ ਸਾਈਜ਼ ਵਿਕਦੇ ਪਏ ਨੇ, ਤਾਵਾ, ਡੇਢ ਤਾਵਾ, ਤਿੰਨ ਤਾਵਾ, ਛੇ ਤਾਵਾ, ਆਪੋ ਆਪਣਾ ਮਜ਼ਾ ਜੀ। ਪੁੱਛੋ ਸਵਾਲ ਭਾਜੀ। ਇਹ ਆਪਣਾ ਇਲਾਕਾ ਬਹੁਤ ਮਸ਼ਹੂਰ ਆ ਭੂਦਨਪੁਰਾ, ਇਹ ਗੁੱਡੀ ਦੇ ਕੰਮ ਚ ਹੀ ਜ਼ਿਆਦਾ ਮਸ਼ਹੂਰ ਆ। ਇੱਥੇ ਸਾਡੇ ਘਰ ਘਰ ਗੁੱਡੀ ਬਣਦੀ ਪਈ ਆ, ਬੱਚੇ ਸਕੂਲਾਂ ਤੋਂ ਆਣ ਕੇ ਕੰਮ ਕਰ ਰਹੇ ਨੇ, ਬਾਹਰੋਂ ਆਣ ਕੇ ਲੋਕ ਕੰਮ ਕਰ ਰਹੇ ਨੇ, ਬਹੁਤ ਵਧੀਆ ਰੁਜ਼ਗਾਰ ਮਿਲਿਆ ਆ ਲੋਕਾਂ ਨੂੰ। ਕਿੰਨੇ ਦੂਰੋਂ ਦੇ ਲੋਕੀ ਆਉਂਦੇ ਨੇ? ਬੜੀ ਬੜੀ ਦੂਰੋਂ ਆ ਰਹੇ ਨੇ। ਆ ਵੇਖੋ, ਹੁਣੇ ਮੁੰਡਾ ਇੱਕ ਟਲਾਂਟੋ ਤੋਂ ਆਇਆ ਸਾਡੇ ਕੋਲ, ਹਰ ਸਾਲ ਆਉਂਦੇ ਨੇ ਲੋਹੜੀ ਤੇ ਗੁੱਡੀਆਂ ਲੈਣ, ਤੇ ਵੀਰ ਗੁਰਦਾਸਪੁਰ ਦਾ ਰਹਿਣ ਵਾਲਾ ਵਾ, ਤੇ ਆਏ ਸਾਲ ਆਉਂਦੇ ਨੇ ਟਲਾਂਟੋ ਤੋਂ ਗੁੱਡੀ ਉਡਾਉਣੀ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਗੱਟੂ ਦਾ ਵੀ ਇਸ਼ਤਿਹਾਰ ਕਰਨਾ ਚਾਹੀਦਾ, ਗੱਟੂ ਨਹੀਂ ਸਹੀ ਹੈਗਾ ਤੇ ਮਹਾਨੀ ਕਰ ਗਿਆ, ਤੇ ਆਮ ਡੋਰ ਚੱਲਣੀ ਚਾਹੀਦੀ ਆ। ਆਮ ਡੋਰ ਚੱਲਣ ਨਾਲ ਫਿਰ ਕਾਰੀਗਰਾਂ ਨੂੰ ਵੀ ਕੰਮ ਮਿਲਦਾ, ਡੋਰ ਵਾਲਿਆਂ ਨੂੰ, ਇਸ ਤਰ੍ਹਾਂ ਕਾਰੀਗਰ ਵੀ ਵਿਚਾਰੇ ਵਿਹਲੇ ਹੋਏ ਨੇ। ਤੇ ਕੰਮ ਤੁਹਾਡਾ ਕਿ ਪਰਚੂਨ ਦਾ ਕੰਮ? ਪਰਚੂਨ ਵੀ ਬਹੁਤ ਵਧੀਆ ਤੇ ਹੋਲਸੇਲ ਵੀ ਬਹੁਤ ਵਧੀਆ, ਆਲਮੋਸਟ ਸਾਡਾ ਆਲ ਪੰਜਾਬ ਚਮਾਲ ਜਾਂਦਾ ਵਾ, ਤੇ ਬਾਹਰੋਂ ਵੀ ਬਹੁਤ ਆਰਡਰ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ। ਜੰਮੂ ਵੀ ਗੁੱਡੀ ਵੱਡੀ ਹੁੰਦੀ ਬਹੁਤ ਭਾਜੀ, ਬਹੁਤ ਉੱਥੇ ਰੱਖੜੀ ਦਾ ਸੀਜ਼ਨ ਹੁੰਦਾ, ਉੱਥੇ ਵੀ ਵਾਧੂ ਮਾਲ ਸਪਲਾਈ ਕਰੀਦਾ ਰੱਖੜੀ ਤੇ। ਮੇਰਾ ਨਾਮ ਜੀ ਗਗਨਦੀਪ ਸਿੰਘ ਆ ਜੀ। ਮੈਂ ਵੈਸੇ ਤਾਂ ਹੈਗਾ ਗੁਰਦਾਸਪੁਰ ਤੋਂ, ਪਰ ਸਪੈਸ਼ਲ ਕੈਨੇਡਾ ਤੋਂ ਆਇਆ ਜੀ ਇੱਥੇ ਲੋਹੜੀ ਕਰਕੇ। ਗੁੱਡੀ ਗੁੱਡੀ ਲੈਣ ਲਈ? ਬਸ ਹਾਂਜੀ, ਗੁੱਡੇ ਲੈਣ ਲਈ, ਚੜਾਉਣ ਲਈ, ਸਾਰਾ ਕੁਝ ਕਰਨ ਲਈ ਆਇਆ ਜੀ। ਇੱਕ ਡੋਰ ਆਈ ਦੀ ਚਾਈਨਾ, ਉਹਨੂੰ ਕਰਦੇ ਚਾਈਨਾ ਡੋਰ ਜੀ, ਉਹਦੇ ਕਰਕੇ ਤਾਂ 10 ਸਾਲ ਹੋ ਗਏ ਗੁੱਡੀ ਨਹੀਂ ਚੜਾਈ ਗਈ ਸਰ। ਸਪੈਸ਼ਲ ਆਏ ਆ ਵੀ ਉਹਦੇ ਨਾਲ ਨਹੀਂ ਚੜਾਉਣੀ, ਕਿਉਂਕਿ ਤੁਸੀਂ ਦੇਖਿਆ ਹੀ ਹੋਇਆ ਵਾ ਇੱਥੇ ਕੀ ਕੁਝ ਹੋ ਰਿਹਾ, ਤੁਹਾਡੇ ਅੰਮ੍ਰਿਤਸਰ 'ਚ ਕਿਸੇ ਦੀ ਜਾਨ ਚਲੀ ਜਾ ਰਹੀ ਆ, ਕੁਛ ਹੋ ਰਿਹਾ, ਹੱਥ ਕੱਟੇ ਜਾ ਰਹੇ, ਗਲਾ ਕੱਟਿਆ ਜਾ ਰਿਹਾ, ਤੋ ਸੋਰ ਤੋਂ ਸਾਰਿਆਂ ਨੂੰ ਪਰਹੇਜ਼ ਹੀ ਕਰਨਾ ਚਾਹੀਦਾ ਜੀ। ਮੈਂ ਤਾਂ ਸਾਰਿਆਂ ਨੂੰ ਇਹੋ ਕਹੂੰਗਾ, ਬਾਕੀ ਸਾਰੇ ਸਿਆਣੇ ਆ ਜੀ ਅੱਜ ਕੱਲ੍ਹ, ਸਾਰਿਆਂ ਨੂੰ ਪਤਾ ਜੀ। ਪਰਚੇ ਸਰਕਾਰਾਂ ਵੀ ਜਿਹੜੇ ਚੜਾ ਰਹੇ ਆ ਉਹਨਾਂ ਵਿਚਾਰੇ, ਜਿਹੜੇ ਵੇਚ ਰਹੇ ਆ ਜ਼ਿਆਦਾ, ਤਾਂ ਉਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਵਾ। ਜਦੋਂ ਸਪਲਾਈ ਨਹੀਂ ਆਊਗੀ ਤਾਂ ਆਪੇ ਗਾੜੀ ਸਾਰਾ ਕੁਝ ਬੰਦ ਹੋ ਜਾਊਗਾ, ਜਿੰਨੇ ਦੇ ਸਪਲਾਈ ਆਉਂਦੀ ਰਹੂਗੀ ਉਹਨਾਂ ਚਿਰ ਤਾਂ ਲੋਕੀ ਖਰੀਦਣਗੇ। ਨਹੀਂ ਚਲੋ, ਆ ਜਿਹੜੀ ਨਵੀਂ ਜਨਰੇਸ਼ਨ ਆ ਗਈ ਸਾਡਾ, ਚਲੋ ਆਪਾਂ ਥੋੜਾ ਕਰਦੇ ਆ, ਕਿਉਂਕਿ ਗੁੱਡੀ ਦਾ ਮਜ਼ਾ ਉਹਦੇ ਨਾਲ ਹੀ ਆ ਜੀ। ਦੂਜੀ ਤੁਸੀਂ ਜਿਹੜੀ ਚਾਈਨੀਜ਼ ਡੋਰ ਆ ਉਹਦੇ ਉੱਤੇ ਲਿਖਿਆ ਆਊਗਾ ਫਿਸ਼ਿੰਗ ਲਈ ਹੁੰਦੀਆਂ ਉਹ ਚੀਜ਼ਾਂ, ਤੇ ਜਿਹੜੀ ਫਿਸ਼ਿੰਗ ਫੁਸ਼ਿੰਗ ਕਰਦੇ ਆ ਜਿੱਦਾਂ ਆਪਾਂ ਬਾਹਰ ਖਰੀਦੀ ਆ ਉਹਦੇ ਲਈ ਵਰਤੀ ਜਾਂਦੀ ਉਹ ਚੀਜ਼, ਤੇ ਤੁਸੀਂ ਆਪ ਦੇਖ ਲਓ ਜਿਹੜੀ ਫਿਸ਼ ਨੂੰ ਫੜ ਕੇ ਕਰ ਸਕਦੀ ਆ ਤੇ ਆਮ ਇਨਸਾਨ 'ਚ ਕਿੰਨਾ ਕਿਤੇ ਕੱਟ ਦਿੰਦੀ ਆ। ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ? ਮੈਂ ਸਾਰਿਆਂ ਨੂੰ ਇਹੋ ਕਹਾਂਗਾ ਜੀ, ਸਾਰੇ ਜਿਹੜੀ ਆ ਆਮ ਧਾਗੇ ਵਾਲੀ ਡੋਰ ਆ ਲਵਾਓ, ਆਪ ਲਾਓ, ਚੜਾਓ ਗੁੱਡੀ ਉਰਤੇ, ਵੱਢਣੀ ਵਧਾਉਣੀ ਉਹ ਵੱਖਰੀ ਗੱਲ ਆ, ਮਜ਼ਾ ਤਾਂ ਜ਼ਰੂਰ, ਮਜ਼ਾ ਜਿਹੜਾ ਉਰਤੇ ਆ ਉਹ ਉਰਤੇ ਨਹੀਂ ਆਉਣਾ ਤੁਹਾਨੂੰ ਕਿਤੇ ਜੀ।